ਨਹੀਂ ਇੱਦਾਂ ਨਹੀਂ, ਸਵਾਦ ਨਹੀਂ ਆਇਆ, ਖੁੱਲ੍ਹ ਕੇ ਲਾ ਦਿਓ ਤਾੜੀ। ਕਿਆ ਬਾਤ, ਬਹੁਤ ਬਹੁਤ ਧੰਨਵਾਦ ਹੈ ਜੀ। ਤਾੜੀ ਖੁੱਲ੍ਹ ਕੇ ਮਾਰੋ ਜੀ, ਕੋਈ ਗੱਲ ਨਹੀਂ। ਤਾੜੀ ਨਾਲ ਕਈ ਫਾਇਦੇ ਹੈ ਜੀ। ਇੱਕ ਤਾਂ ਸੁਸਤੀ ਨਹੀਂ ਪੈਂਦੀ, ਇੱਕ ਮੂੰਹ 'ਤੇ ਮੱਖੀ ਨਹੀਂ ਬਹਿੰਦੀ, ਠੀਕ ਹੈ ਨਾ। ਜੇ ਤਾੜੀ ਮਾਰਾਂਗੇ ਬਾਬਾ ਜੀ ਤਾਂ ਹੀ ਆਸ਼ੀਰਵਾਦ ਮਿਲੂਗਾ। ਕਿਉਂ ਜੀ, ਇੱਕ ਮੇਰਾ ਵੀਰ ਮੇਰੇ ਸਾਹਮਣੇ ਬੈਠਿਆ, ਨਿਰਮਲ ਸਿੰਘ, ਪਿੰਡ ਬੁੱਟਰ। ਇਹ ਵੀਰ ਦੀਆਂ ਦੋਨੇ ਲੱਤਾਂ ਕੰਮ ਨਹੀਂ ਕਰ ਰਹੀਆਂ ਜੀ, ਅਤੇ ਇਹਨਾਂ ਨੂੰ ਇਹਨਾਂ ਦੀ ਆਪਾਂ ਥੋੜ੍ਹੀ ਥੋੜ੍ਹੀ ਮਾੜੀ ਮਦਦ ਕਰਨੀ ਹੈ। ਤਾੜੀ ਮਾਰ ਲਓ ਜੀ, ਇਹ ਬਾਈ ਪਹਿਲਾਂ ਦੇਖੋ ਕਿੰਨੀ ਉਹ ਦਿਨਾਂ ਦੀ ਗੱਲ ਕਰ ਰਹੇ ਕਿ ਇਹ ਮੰਡੀ 'ਚੋਂ ਇਕੱਲੀ ਬੋਰੀ ਚੱਕ ਦਿੰਦਾ ਸੀਗਾ। ਤਾੜੀ ਮਾਰੋ ਜੀ, ਮੰਡੀ 'ਚ ਇਕੱਲੀ ਬੋਰੀ ਚੱਕ ਦਿੰਦਾ ਸੀ, ਅਤੇ ਅੱਜ ਦੇਖੋ ਕੁਦਰਤੀ ਦੀਆਂ ਖੇਡਾਂ ਜੀ। ਪਰਮਾਤਮਾ ਇਸ ਤਰ੍ਹਾਂ ਕਿਸੇ ਨਾ ਕਰੇ, ਕਿਉਂਕਿ ਇਹਨਾਂ ਦਾ ਬਾਬਾ ਜੀ ਦਾ ਆਸ਼ੀਰਵਾਦ ਚਾਹੀਦਾ। ਇਸੇ ਤਰ੍ਹਾਂ ਅਸੀਂ ਵੀਰ ਨੂੰ ਵੀ ਅੱਗੇ ਇਸੇ ਤਰ੍ਹਾਂ ਰਾਜੀ ਰਵੇ। ਥੈਂਕ ਯੂ। ਆਓ ਜੀ, ਮਹਿੰਦੀ ਕਰ ਲਾ ਜੀ। ਉੱਠਦੀ ਬੈਂਦੀ ਜੀ ਜੀ ਕਹਿੰਦੀ, ਉੱਠਦੀ ਬੈਂਦੀ ਜੀ ਜੀ ਕਹਿੰਦੀ, ਤੈਨੂੰ ਤੇਰੀ ਹੂਰ ਵੇਨਾ ਵੇਨਾ ਮਾਰ ਜ਼ਾਲਮਾ ਪਾਏ।